ਡੌਟ ਕੌਮ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਅਤੇ ਤੁਹਾਡਾ ਹੋਸਟ ਅੱਜ ਹੀ ਸਨਮਾਨਿਤ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੱਲੋਂ ਇੱਕ ਰੈਲੀ ਕੀਤੀ ਗਈ ਹੈ, ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਸੀ। ਅਤੇ ਸੁਖਵੀਰ ਬਾਦਲ ਨੇ ਕਿਹਾ ਵੀ ਸਾਡੀ ਸਰਕਾਰ ਆਉਣ 'ਤੇ ਜਿੰਨੇ ਵੀ ਅਫਸਰਾਂ ਨੇ ਹੁਣ ਤੱਕ ਪਰਚੇ ਦਰਜ ਖਾਸ ਕਰਕੇ ਸਮਾਣਾ ਹਲਕੇ ਦੇ ਵਿੱਚ ਕੀਤੇ ਨੇ, ਉਹਨਾਂ ਨੂੰ ਨੌਕਰੀ ਤੋਂ ਹੀ ਬਰਖਾਸਤ ਕੀਤਾ ਜਾਵੇਗਾ। ਸਾਡੇ ਨਾਲ ਨੇ ਕੁਛ ਵਰਕਰ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ। ਹਾਂਜੀ, ਸੁਖਵੀਰ ਬਾਦਲ ਜੀ ਆਏ ਸਨ, ਸੁਖਵੀਰ ਹੱਕ ਰੱਖੜਾ ਦੇ ਹੱਕ ਵਿੱਚ ਰੈਲੀ ਕੀਤੀ। ਅਤੇ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਵੀ ਬਹੁਤ ਸਾਰੇ ਜਿਹੜੇ ਧੱਕੇ ਨੇ ਸਮਾਣਾ ਦੇ ਵਿੱਚ ਹੋਏ ਨੇ, ਕੀ ਕਹਿਣਾ ਤੁਹਾਡਾ? ਬਿਲਕੁਲ ਜੀ, ਉਹਨਾਂ ਦੀ ਗੱਲ ਬਿਲਕੁਲ ਸਹੀ ਆ। ਪਿਛਲੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਬਹੁਤ ਜ਼ਿਆਦਾ ਨਜਾਇਜ਼ ਪਰਚੇ ਕੀਤੇ ਗਏ ਆ। ਸਾਡੇ ਇੱਕ ਦੋ MC ਆ, ਉਹਨਾਂ ਦੇ ਬੇਟਿਆਂ ਦੇ ਉੱਤੇ ਵੀ ਨਜਾਇਜ਼ ਪਰਚੇ ਕੀਤੇ ਗਏ ਆ। ਅਤੇ ਜਿਹੜੀ ਧੱਕਾਸ਼ਾਹੀ ਇਹਨਾਂ ਨੇ ਇਲੈਕਸ਼ਨ MC ਇਲੈਕਸ਼ਨ ਦੇ ਵਿੱਚ ਕੀਤੀ ਹੈ, ਉਹ ਤਾਂ ਲੋਕਾਂ ਨੂੰ ਸਾਰਿਆਂ ਨੂੰ ਰੂਬਰੂਈ ਆ ਕਿ ਆਉਣ ਕੀ ਹੋਇਆ ਸੀਗਾ, ਪ੍ਰਧਾਨ ਜੀ ਦੇ ਥੱਪੜ ਲੱਗਿਆ ਸੀਗਾ। ਇਹ ਬਹੁਤ ਜ਼ਿਆਦਾ ਜਿਹੜੀ ਨਜਾਇਜ਼ ਇਹਨਾਂ ਨੇ ਕੀਤੀ ਹੈ, ਉਹਦਾ ਜਵਾਬ, ਮੂੰਹ ਤੋੜ ਜਵਾਬ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਅਗਰ ਸਰਕਾਰ ਆਉਂਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਜੀ ਵੀ ਦੇਣਗੇ, ਰੱਖੜਾ ਸਾਹਿਬ ਵੀ ਦੇਣਗੇ। ਅਤੇ ਉਹਨਾਂ ਦੇ ਇਹ ਕਹਿਣ ਨਾਲ ਵਰਕਰਾਂ ਦੇ ਵਿੱਚ ਫੁੱਲ ਉਤਸ਼ਾਹ ਆ ਕਿ ਹਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹਰ ਹਿੱਲੇ ਲੈ ਕੇ ਆਉਣੀ ਹੈ। ਤੁਸੀਂ ਅੱਜ ਦੀ ਰੈਲੀ ਨੂੰ ਕਿੱਦਾਂ, ਕਿਸ ਨਜ਼ਰ ਦੇ ਨਾਲ ਦੇਖਿਆ ਤੁਸੀਂ? ਅੱਜ ਦੀ ਰੈਲੀ ਨੂੰ ਅਸੀਂ ਆਉਣ ਵਾਲੀ 2022 ਦੀ ਜਿਹੜੀ ਨੀਂਹ ਆ ਉਹਦੇ ਅਕੋਰਡਿੰਗ ਅਸੀਂ ਦੇਖਦੇ ਹਾਂ ਕਿ 2022 ਦਾ ਜਿਹੜਾ ਇਲੈਕਸ਼ਨ ਆ ਰਿਹਾ ਆ ਉਹਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਆ। ਅਤੇ ਅਸੀਂ ਸੋਚਦੇ ਹਾਂ 2022 ਦੇ ਵਿੱਚ ਰੱਖੜਾ ਸਾਹਿਬ ਇੱਥੋਂ ਬਹੁਤ ਵੱਡੀ ਲੀਡ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਜਿੱਤ ਕੇ ਅਤੇ ਸੁਖਬੀਰ ਸਿੰਘ ਬਾਦਲ ਜੀ ਦੀ ਝੋਲੀ 'ਚ ਪਾਉਣਗੇ। ਸਾਡੇ ਨਾਲ ਨੇ ਐਕਸ ਸਰਪੰਚ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ, ਤੁਸੀਂ ਅੱਜ ਖਾਲਸਾ ਦਾ ਜਿਹੜਾ ਮਾਹੌਲ ਸੀ, ਵੇਖੋ ਜੀ ਰੈਲੀ 'ਚ ਬਹੁਤ ਹੀ ਵੱਡਾ ਇਕੱਠ ਸੀ, ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ, ਬਹੁਤ ਜ਼ਿਆਦਾ। ਸਾਨੂੰ ਲੱਗਦਾ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਕਹਿ ਗਏ ਨੇ ਵੀ 90 ਸੀਟਾਂ, ਮੈਨੂੰ ਤਾਂ ਇਸ ਤੋਂ ਵੱਧ ਲੱਗਦੀਆਂ ਵੀ ਇਸ ਤੋਂ ਵੱਧ ਹੋਣਗੀਆਂ। ਤੁਸੀਂ ਸਰਪੰਚ ਰਹੇ ਹੋ, ਰੱਖੜਾ ਸਾਹਿਬ ਵੀ ਮੰਤਰੀ ਰਹੇ ਨੇ, ਤੁਸੀਂ ਕੰਪੈਰੇਟਿਵ ਕੀਤਾ ਵੀ ਕਾਂਗਰਸ ਨੇ ਕਿੰਨਾ ਵਿਕਾਸ ਕਰਾਇਆ ਪਿੰਡਾਂ ਦਾ ਅਤੇ ਜਿਹੜੀ ਅਕਾਲੀ ਦਲ ਨੇ ਕਿੰਨਾ ਕਰਾਇਆ ਸੀ? ਵੇਖੋ ਜੀ, ਮੇਰੇ ਪਿੰਡ ਨੂੰ ਲੈ ਲਓ ਜੀ, ਜਿਸ ਟਾਈਮ ਮੈਂ ਸਰਪੰਚ ਸੀ ਉਸ ਟਾਈਮ ਮੇਰੇ ਪਿੰਡ ਨੂੰ ਤਕਰੀਬਨ 70 ਲੱਖ ਦੇ ਆਸ ਪਾਸ ਗ੍ਰਾਂਟ ਮਿਲੀ ਸੀ, ਅਤੇ ਇਸ ਵਾਰ ਜਿਹੜਾ ਸਰਪੰਚ ਹੈ ਮੈਨੂੰ ਲੱਗਦਾ ਨਹੀਂ ਵੀ 400-500 ਤੋਂ ਵੱਧ ਮਿਲੀ ਹੋਵੇ, ਬਹੁਤ ਘੱਟ ਵਿਕਾਸ ਹੁਣ ਤਾਂ ਹੋਇਆ ਹੀ ਨਹੀਂ ਬਿਲਕੁਲ। ਜਿਵੇਂ ਸੁਖਬੀਰ ਬਾਦਲ ਕਹਿ ਕੇ ਗਏ ਵੀ 90 ਪਿੰਡਾਂ ਦੀ ਜਾਂਚ ਕੀਤੀ ਜਾਵੇ, ਪੰਜਾਬ ਦੇ 90% ਪਿੰਡਾਂ ਦੀ ਜਾਂਚ ਕੀਤੀ ਜਾਵੇ, ਕਿਤੇ ਨਾ ਕਿਤੇ ਘੁਟਾਲੇ ਜਿਹੜੇ ਸਾਹਮਣੇ ਆਉਣਗੇ, ਤੁਹਾਡਾ ਕੀ ਮੰਨਣਾ ਇਸ ਮਾਮਲੇ 'ਚ ਵਿਕਾਸ? ਬਿਲਕੁਲ ਜੀ ਆਉਣਗੇ ਜੀ, ਬਹੁਤ ਵੱਡੇ ਪੱਧਰ 'ਤੇ ਘੁਟਾਲੇ ਹੋਏ ਹੈ, ਬਹੁਤ ਵੱਡੇ ਪੱਧਰ 'ਤੇ, ਜੇ ਜਾਂਚ ਕੀਤੀ ਜਾਵੇ ਮੈਨੂੰ ਲੱਗਦਾ ਵੀ ਹਾਂ ਹੋਣਗੇ। ਬਿਲਕੁਲ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਪੁੱਜੇ ਹੋਏ ਸਮਾਣਾ ਹਲਕੇ ਦੇ ਵੋਟਰ ਨੇ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਹੈਗਾ ਗੁਰਭੇਜ ਸਿੰਘ, ਸਰਪੰਚ ਪਿੰਡ ਮਿਆਲਕਲਾਂ ਜੀ। ਗੁਰਭੇਜ ਸਿੰਘ ਜੀ, 2022 ਦੀ ਲੜਾਈ ਵਿੱਚ ਭਿਆਨਕ ਜਿਹੜਾ ਯੁੱਧ ਹੋਣਾ, ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹ ਕਾਕਾ ਰਜਿੰਦਰ ਨੇ, ਦੂਜੇ ਪਾਸੇ ਸੁਰਜੀਤ ਸਿੰਘ ਰੱਖੜਾ ਨੇ, ਤੁਸੀਂ ਅੱਜ ਰੈਲੀ 'ਚ ਪਹੁੰਚੇ ਹੋ, ਕਿੱਦਾਂ ਦਾ ਮਾਹੌਲ ਸੀ ਅੱਜ ਦੀ ਰੈਲੀ ਸ਼੍ਰੋਮਣੀ ਅਕਾਲੀ ਦਲ ਦੀ? ਦੇਖੋ, ਅੱਜ ਤੁਸੀਂ ਵਿੱਕੀ ਜੀ ਇੱਥੇ ਪਹੁੰਚੇ ਹੋ, ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ। ਇਹਨਾਂ ਪਿਛਲੇ 5 ਸਾਲਾਂ ਦੇ ਵਿੱਚ ਸਮਾਣੇ ਦੇ ਅਗਰ ਵਿਕਾਸ ਦੀ ਗੱਲ ਕਰੀਏ ਤਾਂ ਕੁਛ ਵੀ ਨਹੀਂ ਹੋਇਆ, ਲੋਕਾਂ ਨੇ ਅੱਜ ਗਵਾਹੀ ਦਿੱਤੀ ਹੈ ਇਸ ਚੀਜ਼ ਦੀ, ਅਤੇ ਲੋਕ ਬੜੀ ਬੇਸਬਰੀ ਨੇ ਇੰਤਜ਼ਾਰ ਕਰ ਰਹੇ ਨੇ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ, ਜੋ ਇੱਕ ਪੰਜਾਬ ਸਾਡੇ ਹਲਕੇ ਦੀ ਸ਼ਾਨ ਨੇ, ਅਤੇ ਇਸ ਵਾਰ ਉਹਨਾਂ ਨੂੰ ਬੜੀ ਵੱਡੀ ਲੀਡ 'ਤੇ ਉਹਨਾਂ ਨੂੰ ਜਿਹੜੀ ਹੈਗੀ ਜਿੱਤ। ਰੱਖੜਾ ਸਾਹਿਬ ਨੇ ਗੱਲ ਕਹੀ ਹੈ ਵੀ ਸਮਾਣਾ ਵਿੱਚ ਬਹੁਤ ਸਾਰੇ ਜਿਹੜੇ ਨਜਾਇਜ਼ ਝੂਠੇ ਪਰਚੇ ਦਰਜ ਕੀਤੇ ਗਏ ਨੇ। ਸੁਖਬੀਰ ਬਾਦਲ ਵੀ ਸਟੇਜ ਤੋਂ ਬੋਲਦਿਆਂ ਗੱਲ ਕਹੀ, ਜਦੋਂ ਸਾਡੀ ਸਰਕਾਰ ਆਏਗੀ ਅਸੀਂ ਕਮਿਸ਼ਨ ਬਿਠਾਵਾਂਗੇ ਅਤੇ ਉਹ ਨੌਕਰੀ ਤੋਂ ਬਰਖਾਸਤ ਕੀਤੇ ਜਾਣਗੇ। ਇਸ ਮਾਮਲੇ ਤੁਹਾਡਾ ਕੀ ਕਹਿਣਾ? ਦੇਖੋ, ਇੱਦਾਂ ਵੀ ਤੁਹਾਨੂੰ ਪਤਾ ਹੀ ਹੈ ਜੀ, ਪ੍ਰਸ਼ਾਸਨ ਜਿਹੜਾ ਹੁੰਦਾ ਹੈ ਉਹ ਜਿਹੜੇ ਆਪਣੇ ਬੰਦਿਆਂ ਦੇ ਕਹਿਣ 'ਤੇ ਕੁਛ ਨਾ ਕੁਛ ਤਾਂ ਇੱਥੇ ਦੇਖੋ ਹੁੰਦਾ ਹੀ ਉਲਟ ਫੁਲਟ। ਅਤੇ ਬਾਕੀ ਇੱਦਾਂ ਵੀ ਜਿਨ੍ਹਾਂ ਨੇ ਨਜਾਇਜ਼ ਕੀਤੇ ਨੇ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ, ਜਿਹੜੇ ਵੀ ਅਫਸਰਾਂ ਨੇ ਕੀਤੇ ਨੇ ਜਾਂ ਕਿੰਨੇ ਜਿਨ੍ਹਾਂ ਨੇ ਕਰਵਾਏ ਨੇ ਉਹਨਾਂ ਨੂੰ ਜ਼ਰੂਰ, ਜਿਹੜੇ ਬਾਦਲ ਸਾਹਿਬ ਅੱਜ ਕਹਿ ਗਏ ਨੇ ਉਹਨਾਂ ਦੇ ਖੈਰ ਕਾਰਵਾਈ ਹੋਏਗੀ। ਬਿਲਕੁਲ ਜੀ ਬਿਲਕੁਲ, ਵਰਕਰਾਂ ਦੇ ਵਿੱਚ ਵੱਡਾ ਉਤਸ਼ਾਹ ਸੀ, ਉਹਨਾਂ ਨੇ ਕਿਹਾ ਵੀ ਜੋ ਵੀ ਨਜਾਇਜ਼ ਜਿਹੜੀਆਂ ਆਪ ਹੁਦਰਾਪਾਂ ਜਿਹੜਾ ਕਾਂਗਰਸ ਨੇ ਕੀਤਾ, ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਨਤੀਜੇ ਉਹਨਾਂ ਨੂੰ ਭੁਗਤਣੇ ਹੀ ਪੈਣਗੇ। ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਮਾਣਾ ਤੋਂ।